ਤੇ ਮਿੱਤਰੋ ਇਹ ਹੈਗਾ ਪਿੰਡ ਮੀਆਂ ਵਾਲਿਆਂ ਦਾ ਤੀਜਾ ਜਾਨਵਰ। ਤੇ ਇਹ ਬਈ ਮਾਰਵਾੜੀ ਚ ਆਉਂਦੀ ਆ? ਮਾਰਵਾੜੀ ਚ ਬਈ। ਅੱਛਾ ਬਈ, ਤੇ ਕੀ ਇਹਦੀ ਹਾਈਟ ਆ ਬਈ, ਇਹਦੀ ਕੀ ਡਿਟੇਲ ਆ ਦੱਸੀ ਮੜੀ ਜੀ। ਹਾਈਟ ਬਈ 61 ਆ ਜੀ। ਅੱਛਾ 61 ਇੰਚ ਹਾਈਟ ਆ। ਫੱਟੀ ਵਾਲੀ ਚ ਬਈ? ਫੱਟੀ ਵਾਲੀ, ਫੱਟੀ ਵਾਲੀ। अच्छा फट्टी वाली हाइट है दोस्तों 61 इंच। 61 इंच हाइट प्रॉपर बहुत हो जाती है। ते खाली है भाई, गबन करवाई हुई है? खाली है भाई इस टाइम। अच्छा खाली है, ठीक है भाई। ते अंदर अंदर दी किमें? साफ है भाई। अच्छा अच्छा, चेक कराई भाई डॉक्टर को, साफ है। ठीक है ठीक है। ते उम्र वगैरह इहदी किन्नी होगी भाई? उम्र 4 साल है। अच्छा 4 साल होगी उम्र। ते दोस्तों 4 साल उम्र है इहदी। ते भाई तो मैं तुहानू लाइन भी पुछ के दसदा, ते किहड़ी लाइन दी भाई इह? अनाउन है भाई। अच्छा अनाउन लाइन है। ते मार्किंग वगैरह देखिए इहदी, आपां की मार्किंग है भाई इहदी? इह मत्थे पट्टा भाई, मत्थे पट्टा भाई। ते चार पैर दिते ना, इक ओह अपना मगरला पैर है ना थोड़ा जिहा, वीडियो च दिखा देंगे दोस्तों। जिहड़ी क्लिप लैची उहदे विच पंज कलियां च आ जांदी हैगी, चारों पैर थोड़े थोड़े वाइट ने इहदे, पंज कलियां च आपां लै सकदे हैगे, है ना। ते अंदर दी साफ है भाई, है ना? हां हां बिल्कुल। ते उम्र वगैरह किन्नी होगी इहदी? 4 साल भाई। अच्छा 4 साल उम्र होगी। पहला सुई है जे भाई? अजे तक भी नहीं सुई। सुई हुई है शायद भरा एक बार। अच्छा शायद ਇਹ ਆਪਾਂ ਪਰਚੇਸ ਕੀਤੀ ਹੋਈ ਹੈ ਤੇ ਬਈ ਵੀ ਆਪਣੇ ਘਰ ਦੇ ਲਿਆ ਕੇ, ਜਿਹੜੇ ਆਪਣੇ ਕੋਲ ਜਾਨਵਰ ਆ ਗਏ ਨਾ ਪਲਿਆਂ ਦੇ ਹੋਏ ਆ ਬਈ, ਖਰੀਦੇ ਹੋਏ ਸਰ। ਅੱਛਾ ਅੱਛਾ, ਵੀ ਜ਼ਿਆਦਾਤਰ ਜਿਹੜਾ ਆਪਣਾ ਕੰਮ ਹੈਗਾ ਨਾ ਸੇਲ ਪਰਚੇਸ ਦਾ ਹੀ ਹੈ। ਹਾਂਜੀ ਬਈ, ਠੀਕ ਹੈ ਬਈ। ਤੇ ਜੇ ਕਿਸੇ ਬੰਦੇ ਨੇ ਜਿਵੇਂ ਮੰਨ ਲਓ ਤੁਹਾਡੇ ਕੋਲੇ ਘੋੜਾ ਹੈਗਾ ਦੋਸਤੋ, ਆਪਾਂ ਘੋੜੇ ਦੀ ਵੀਡੀਓ ਵੀ ਕਰਾਂਗੇ ਅੱਜ ਹੀ, ਤੇ ਤੁਹਾਨੂੰ ਦਿਖਾਵਾਂਗੇ। ਤੇ ਜੇ ਤੁਸੀਂ ਉਸ ਘੋੜੇ ਤੋਂ ਭਰਵਾਉਣਾ ਚਾਹੁੰਦੇ ਹੋਵੋਗੇ ਤਾਂ ਆਪਾਂ ਉਹਦੇ ਬਾਰੇ ਵੀ ਗੱਲ ਪੁੱਛ ਕੇ ਦੱਸਦੇ ਹਾਂ ਬਈ। ਜੇ ਕੋਈ ਬੰਦਾ ਤੁਹਾਡੇ ਘੋੜੇ ਤੋਂ ਭਰਵਾਉਣਾ ਚਾਹੇ? ਹਾਂਜੀ ਬਈ। ਤੇ ਉਹਦੇ ਵਿੱਚ ਵੀ ਜਿਹੜੀ ਫੀਸ ਆ ਤਾਂ ਹਲਕਾ ਫੁਲਕਾ ਰਿਆਤ ਕਰੋਗੇ ਤਾਂ ਕਿਵੇਂ? ਹਾਂ ਹਾਂ ਉਹ ਹੋ ਜੂਗਾ ਬਿਲਕੁਲ। ਅੱਛਾ ਠੀਕ ਹੈ। ਤੇ ਇਸ ਘੋੜੀ ਦਾ ਰੇਟ ਕਿੰਨਾ ਬਈ? ਇਹ ਫੋਨ ਤੇ ਦੱਸਣਾ ਵਾਪਸ। ਤੇ ਦੋਸਤੋ ਸਾਰੀਆਂ ਦਾ ਰੇਟ ਤੁਹਾਨੂੰ ਫੋਨ ਦੇ ਉੱਤੇ ਦੱਸਿਆ ਜਾਊਗਾ, ਠੀਕ ਹੈ। ਤੇ ਜਾਨਵਰ ਥੋੜੇ ਬਹੁਤੇ ਲੈਸੇ ਨੇ, ਆਪਾਂ ਨੂੰ ਵੀ ਪਤਾ ਅੱਜ ਕੱਲ ਗਰਮੀਆਂ ਨੇ, ਤੇ ਚਲੋ ਹੁਣ ਮੀਂਹ ਮੌਸਮ ਦਾ ਠੰਡਾ ਹੋਇਆ, ਹੁਣ ਥੋੜੇ ਮੋਟੇ ਜਾਨਵਰ ਜਿਹੜਾ ਚੱਜ ਨਾਲ ਖਾਣ ਲੱਗਣਗੇ। ਤੇ ਦੋਸਤੋ ਜਾਨਵਰ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਕੀ ਆਪਾਂ ਜਿਹੜੀ ਇਹਦੇ ਹੋਰ ਕਲਿੱਪਸ ਨੇ ਉਹ ਸੜਕ ਦੇ ਉੱਤੇ ਕੱਢ ਕੇ ਆਪਾਂ ਸ਼ਾਰਟ ਲੈ ਕੇ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਦੇਵਾਂਗੇ। ਇਹ ਜਾਨਵਰ ਨੇ ਹੈਗੇ ਪਿੰਡ ਮੀਆਂ ਜ਼ਿਲ੍ਹਾ ਮਾਨਸਾ ਦੇ ਵਿੱਚ ਨੇ ਇਹ। ਤੇ ਕੰਟੈਕਟ ਨੰਬਰ ਦੱਸ ਦੇ ਬਾਈ ਆਪਣਾ। 8246 ਬਾਈ। ਹਾਂ ਬਾਈ। ਤੇ 1901 ਦੁਬਾਰੇ ਫੇਰ ਦੱਸ ਦੇ। 8246 1901। ਤੇ ਨਾਮ ਕੀ ਹੈ ਬਾਈ ਆਪਣਾ? ਕਈ ਵਾਰੀ ਆਪਣੇ ਵਿਊਅਰ ਫੋਨ ਲਾਉਣਗੇ, ਹੈ ਨਾ। ਤੇ ਨਾਮ ਕੀ ਹੈ ਬਾਈ? ਪਿੰਦੀ ਹੈ ਬਾਈ। ਅੱਛਾ ਪਿੰਦੀ ਨਾਮ ਹੈ, ਠੀਕ ਹੈ ਬਾਈ। ਤੇ ਇਹ ਆਪ ਦੋਸਤੋ ਤੁਸੀਂ ਇਹਨਾਂ ਨੂੰ ਦੱਸ ਦਿਓ ਵੀ ਇਹ ਡਿਟੇਲ ਹੈਗੀ ਜਾਨਵਰ ਦੀ, ਕਿਆ ਤੁਸੀਂ ਵਟਸਐਪ ਤੇ ਸਕਰੀਨਸ਼ਾਟ ਮਾਰ ਕੇ ਇਹਨਾਂ ਨੂੰ ਭੇਜ ਸਕਦੇ ਹੋ ਵੀ ਇਸ ਜਾਨਵਰ ਦੀ ਸਾਨੂੰ ਡਿਟੇਲ ਦੱਸੋ। ਤੇ ਤੁਸੀਂ ਉਸ ਤੋਂ ਬਾਅਦ ਜਿਹੜਾ ਇਹਦਾ ਰੇਟ ਹੈ ਤੇ ਮੌਕੇ ਦੀ ਜਿਹੜੀ ਆਪਣੀ ਡੀਲ ਫਾਈਨਲ ਹੈਗੀ ਤੇ ਉਸ ਤੋਂ ਬਾਅਦ ਗੱਲਬਾਤ ਕਰਕੇ ਖਰੀਦ ਸਕਦੇ ਹੋ। ਤੇ ਬਾਈ ਵਾਲ ਭਰਨੇ ਦੀ ਸਾਫ? ਹਾਂ ਜਮਾਂ ਕਲੀਅਰ ਹੈ ਬਾਈ। ਤੇ ਦੋਸਤੋ ਵਾਲ ਭਰਨੀਆਂ ਦੀ ਸਾਫ ਆ, ਚਾਰੀ ਕਿੰਨੀਆਂ ਦੀ ਇੱਕੋ ਜਿਹੀ ਘੋੜੀ ਹੈ। ਤੇ ਚਾਲ ਵਗੈਰਾ ਬਾਈ? ਵਧੀਆ ਸਾਫ ਆ ਬਾਈ। ਅੱਛਾ ਸਾਫ ਵਧੀਆ ਤੋਂ ਜਾਂਦੇ ਨੇ ਰੇਡੀਓ ਲੋਬੀਆ ਰੇਡੀਓ ਜਾਂਦੇ ਬਾਈ। ਤੇ ਸਵਾਹ ਪੱਖੋ ਕਿਵੇਂ ਬਾਈ ਘੋੜੀ? ਵਧੀਆ ਨਰਮ ਆ ਬਾਈ। ਅੱਜ ਕੱਲ ਵੀ ਆਪਣੇ ਜਿਹੜੇ ਨਵੇਂ ਲੋਕ ਹਨ ਉਹ ਖਰੀਦ ਰਹੇ ਆ, ਜ਼ਿਆਦਾਤਰ ਆਪਣੇ ਮੇਰੇ ਆਪਣੇ ਵਰਗੇ ਜੰਗ ਮੁੰਡੇ ਇਸ ਲੈਣ ਜਾ ਰਹੇ ਆ। ਕਈ ਵਾਰੀ ਬਾਈ ਨਹੀਂ ਪਤਾ ਹੁੰਦਾ, ਹੈ ਨਾ, ਜਾਨਵਰ ਅਗਲਾ ਕਹਿ ਕੇ ਦੇ ਦਿੰਦਾ ਵੀ ਸੁਭਾਅ ਦਾ ਠੀਕ ਹੈ, ਜਾ ਕੇ ਬਾਈ ਉਹਨਾਂ ਨੂੰ ਸਾਂਭਣ 'ਚ ਪਰੇਸ਼ਾਨੀ ਆਉਂਦੀ ਹੈ, ਲੱਤਾਂ ਵਗੈਰਾ ਮਾਰਦਾ। ਕੋਈ ਬਾਈ ਆਪਣੀ ਇਹ ਜੇ ਤਰ੍ਹਾਂ ਦਾ ਜਾਨਵਰ ਤਾਂ ਨਹੀਂ ਹੈਗਾ? ਨਹੀਂ ਭਰਾ, ਜਾਨਵਰ ਦੀਆਂ ਲੱਤਾਂ ਜਿਹੜੇ ਪਛਾੜ ਕਰ ਲੈਂਦੇ ਆਪਾਂ, ਇਹ ਤਾਂ ਇੱਕ ਦੂਜੇ ਜਾਨਵਰ ਨੂੰ ਮਾਰ ਦਿੰਦੇ ਨੇ। ਅੱਛਾ ਬਾਈ, ਕਿਆ ਦੇਖੋ ਬਾਕੀ ਸਭ ਆਪਾਂ ਕੋਲ ਹੀ ਬੈਠੇ, ਕੋਈ ਚੱਕਰ ਹੀ ਨਹੀਂ। ਤੇ ਦੋਸਤੋ ਸਾਰੇ ਜਾਨਵਰ ਇਹਨਾਂ ਦੇ ਪੂਰੇ ਸੀਲ ਹੈ, ਤੁਸੀਂ ਆ ਕੇ ਬਾਕੀ ਮੌਕੇ ਤੇ ਤਸੱਲੀ ਕਰਕੇ ਖਰੀਦ ਸਕਦੇ ਹੋ। ਤੇ ਜੇ ਬਾਈ ਕੋਈ ਆਪਣਾ ਨਾਮ ਵਗੈਰਾ ਲਊਗਾ ਤਾਂ ਕੋਈ ਆਪਣੀ ਚੈਨਲ ਦਾ ਦੱਸੋਗੇ, ਚੈਨਲ ਤੋਂ ਦੇਖ ਕੇ ਤੇ ਕੋਈ ਰਿਆਤ ਵਗੈਰਾ ਕਰੋਗੇ? ਹਾਂ ਹਾਂ ਭਰਾ, ਕੋਈ ਚੱਕਰ ਨਹੀਂ। ਤੁਸੀਂ ਦੋਸਤੋ ਦੇਖ ਸਕਦੇ ਹੋ ਥੋੜੀ ਬਹੁਤੀ ਰਿਆਤ ਆਪਣਾ ਨਾਮ ਲਏ ਤੋਂ ਵੀ ਤੁਹਾਨੂੰ ਮਿਲ ਜੂਗੀ। ਤੇ ਬਾਕੀ ਜਾਨਵਰ ਕਿਵੇਂ ਲੱਗਿਆ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਧੰਨਵਾਦ।